ਮੈਂ ਕਹਿਤਾ ਉੱਥੇ ਜਿਹਦੇ ਦਾ ਭੋਗ ਦੀ ਬਾਇਦ ਸ਼ੇਰ ਸਿੰਘ ਦੀ ਇੱਕ ਮਿਲ ਉਹਨੂੰ ਆਪਾਂ ਲਾਇਬ੍ਰੇਰੀ ਨਾ ਖੋਲ੍ਹ ਲਈਏ ਅਤੇ ਉਹ ਤੋਂ ਬਾਅਦ 2 ਸਾਲ ਬਣੀ ਨਾ ਜਾਣੀ ਇਹ ਲਾਇਬ੍ਰੇਰੀ ਹੈ ਜਿਹੜੀ ਪਿੰਡ ਦੀ ਸ਼ਾਨ ਹੈ ਰਾਸੀ 'ਚ ਲਾਇਬ੍ਰੇਰੀ ਸਰਦਾਰਾ ਸਿੰਘ ਦੇ ਭਤੀਜੇ ਦੇ ਨਾਂ 'ਤੇ ਬਣਾਈ ਹੈ। ਸਰਦਾਰਾ ਸਿੰਘ ਉਸ ਦਿਨ ਤੋਂ ਸੇਵਾ 'ਚ ਲੱਗਿਆ ਹੋਇਆ ਹੈ। ਇੱਥੋਂ ਅਸੀਂ ਕਿਤਾਬਾਂ ਲੈ ਜਾਂਦੇ ਤੇ ਪੜ੍ਹ ਜਾਂਦੇ ਤੇ ਪੜ੍ਹ ਕੇ ਫੇਰ ਫੜਾ ਜਾਂਦੇ ਤੇ ਇਸੇ ਲਈ ਤਾਂ ਮੇਰੇ ਪੁੱਤ ਲੱਗ ਗਏ ਜੀ, ਉਹ ਵੀ ਲਾਇਬ੍ਰੇਰੀ ਜਾਂਦੇ ਜਾਂਦੇ ਰਹੇ ਨੇ, ਪੜ੍ਹਦੇ ਰਹੇ ਨੇ। ਖੇਤੀਬਾੜੀ ਦਾ ਕੰਮ ਕਰਦੇ ਹਾਂ, ਜੋ ਸਾਡੇ ਬੱਚੇ ਸਕੂਲ ਆਉਂਦੇ ਨੇ ਉਹ ਟਾਈਮ 'ਚੋਂ ਟਾਈਮ ਕੱਢ ਕੇ ਕਿਤਾਬਾਂ ਪੜ੍ਹ ਕੇ ਜਾਂਦੇ ਨੇ, ਅਸੀਂ ਵੀ ਟਾਈਮ 'ਚੋਂ ਟਾਈਮ ਕੱਢ ਕੇ ਕਿਤਾਬਾਂ ਇੱਥੇ ਪੜ੍ਹਨ ਆਉਂਦੇ ਹਾਂ ਜੀ। ਮੈਂ ਆਪਣੇ ਸਹੇਲੀਆਂ ਨੂੰ ਲੈ ਕੇ ਇੱਥੇ ਆਉਂਦੀ ਹਾਂ ਅਤੇ ਕਹਾਣੀਆਂ ਕਵਿਤਾ ਪੜ੍ਹਦੀ ਹਾਂ ਅਤੇ ਆਪਣੇ ਸਕੂਲ 'ਚ ਜਾ ਕੇ ਆਪਣੀਆਂ ਸਹੇਲੀਆਂ ਨੂੰ ਵੀ ਇਹ ਕਵਿਤਾ ਸੁਣਾਉਂਦੀ ਹਾਂ ਜੀ ਅਤੇ ਹੋਰ ਸਾਰਾ ਕੁਛ ਇੱਥੋਂ ਮੈਨੂੰ ਸਿੱਖਣ ਲਈ ਮਿਲਦਾ। ਮਨਸ਼ਾ ਵੀ ਇਹ ਚੱਲਦੀ ਰਹੇ ਜੇਕਰ ਉਹਦਾ ਮੈਂ ਕੇਸ ਕਰਿਆ ਵੀ ਜਿਹੜੀ ਇਹ ਲਾਇਬ੍ਰੇਰੀ ਦੀ ਜਗ੍ਹਾ ਇਹ ਲਾਇਬ੍ਰੇਰੀ ਨਾ ਹੋ ਜਾਵੇ, ਸਾਡਾ ਵੀ ਕੋਈ ਜਿਹੜਾ ਗਾਹਾਂ ਵਾਰਸ ਬਣੋ ਉਹ ਬਣਾ।